ਦੋ ਮਹੀਨੇ ਹੋ ਗਏ ਤੂੰ ਸਾਰਾ ਦੌੜਾ ਫਿਰਦਾ ਤੂੰ ਯਾਰ ਬਾਈ ਮੈਂ ਕਿੱਥੋਂ ਭੱਜਿਆ ਯਾਰ ਕਿੱਥੇ ਭੱਜਿਆ ਤੂੰ ਆਉਂਦਾ ਕੱਲ੍ਹ ਨੀ ਠਾਣੇ ਸੋਸ਼ਲ ਮੀਡੀਆ ਤੇ ਪੰਜਾਬੀ ਗਾਇਕਾਂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੋਣ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਐਲੀ ਮਾਂਗਟਾ ਤੇ ਰੰਮੀ ਰੰਧਾਵਾ ਦਾ ਮਾਮਲਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਹੁਣ ਸੂਫੀ ਗਾਇਕ ਗੁਲਾਮ ਜੁਗਨੀ ਦਾ ਮਾਮਲਾ ਭਖਦਾ ਨਜ਼ਰ ਆ ਰਿਹਾ। ਗੁਲਾਮ ਜੁਗਨੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਜੁਗਨੀ ਨੂੰ ਕੁਝ ਨੌਜਵਾਨਾਂ ਨੇ ਘੇਰਾ ਪਾਇਆ ਤੇ ਉਹ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਤਕਰਾਰਬਾਜ਼ੀ ਕਰਦੇ ਦਿਖਾਈ ਦੇ ਰਹੇ ਨੇ। ਇਸ ਦੌਰਾਨ ਇਹ ਨੌਜਵਾਨ ਗਾਇਕ ਨਾਲ ਗਾਲੀ ਗਲੋਚ ਵੀ ਕਰ ਰਹੇ ਨੇ। ਦੇਖੋ ਵੀਡੀਓ। ਸੈਨ ਤੂੰ ਅੱਗੇ ਕੀਤਾ ਹੀ ਆ 2000 ਦੇ ਸੀ ਗਏ ਤੇਰੀ ਤੂੰ ਦਾਦੀ ਸਾਡਾ ਕਸੂਰ ਕੀ ਆ? ਕਿੰਨਾ ਚਿਰ ਭੱਜ ਲੂੰਗਾ ਇੱਥੇ? ਕਿੰਨਾ ਚਿਰ ਭੱਜ ਲੂੰਗਾ ਯਾਰ? ਮੈਂ ਕਦੋਂ ਭੱਜਿਆ? ਤੂੰ ਠਾਣੇ ਨਹੀਂ ਆਉਂਦਾ? ਮੈਨੂੰ ਸੱਦ ਦੇ, ਠਾਣੇ ਨਹੀਂ ਆਉਣੀ ਆਉਂਦਾ ਤੂੰ? ਮੈਂ ਬਾਹਰ ਗਿਆ ਹੋਇਆ ਸੀ। ਕਿੱਥੇ ਨਹੀਂ? ਕਿੱਥੇ ਗਿਆ ਸੀ ਤੂੰ? ਤੈਨੂੰ 2 ਮਹੀਨੇ ਹੋ ਗਏ ਤੂੰ ਸਾਰਾ ਦੌੜਾ ਫਿਰਦਾ ਤੂੰ ਯਾਰ ਬਾਈ ਮੈਂ ਕਿੱਥੋਂ ਭੱਜਿਆ ਯਾਰ? ਕਿੱਥੇ ਭੱਜਿਆ ਤੂੰ? ਆਉਂਦਾ ਕਦੋਂ ਨੀ ਠਾਣੇ? ਯਾਰ ਬਸ ਸਵੇਰੇ ਤੂੰ ਰੋਲ ਕਹਿੰਦਾ ਸਵੇਰੇ ਆਉਣਾ, ਹੁਣ ਜਾਣਾ ਠਾਣੇ? ਆਜਾ ਉੱਤਰ, ਆਜਾ ਨਾਲ ਚੱਲ, ਆਜਾ ਉੱਤਰ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੂਫੀ ਗਾਇਕ ਗੁਲਾਮ ਜੁਗਨੀ ਨੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਇਸ ਮਾਮਲੇ ਦੀ ਪੂਰੀ ਸੱਚਾਈ ਦੱਸੀ ਹੈ। ਕੀ ਹੈ ਇਹ ਸੱਚਾਈ, ਤੁਸੀਂ ਖੁਦ ਹੀ ਸੁਣ ਲਓ। ਚੱਲ ਬਾਬਿਓ, ਕੀ ਹਾਲ ਨੇ? ਠੀਕ ਠਾਕ ਹੋ? ਸੋ ਤੁਹਾਨੂੰ ਪਤਾ ਹੀ ਆ ਵੀ ਮੈਂ ਘੱਟ ਹੀ ਲਾਈਵ ਲੂਈਵ ਹੁੰਦਾ ਹੁੰਦਾ, ਮੈਨੂੰ ਇਹਨਾਂ ਗੱਲਾਂ ਤੱਕ ਥੋੜ੍ਹਾ ਜਿਹਾ ਕਿਰਪਾ ਹੈ ਮਾਲਕ ਦੀ। ਸੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਸੋ ਮੰਮਾ, ਫਾਦਰ ਸਾਹਿਬ, ਭਰਾ, ਹੋਰ 2-3 ਮੁੰਡੇ ਐਕਸੀਡੈਂਟ 'ਚ ਚਲੇ ਗਏ। ਮੇਰਾ ਦਿਮਾਗ ਕੁਛ ਡਿਪਰੈਸ਼ਨ 'ਚ ਰਹਿੰਦਾ ਸੀ, ਚਲੋ ਲੈਣ ਦੇਣ ਚੱਲਦਾ ਕਿੱਦਾਂ ਨਹੀਂ। ਸੋ ਸਾਡਾ ਹੁਣ ਉਹਨਾਂ ਨਾਲ ਓਪਲ ਮਿਊਜ਼ਿਕ ਨਾਲ ਨਿਬੜੇ ਹੋਏ 1 ਸਾਲ ਹੋਣ ਵਾਲਾ ਜੀ, ਅਤੇ ਇਹ ਵੀਡੀਓ ਵੀ ਬਹੁਤ ਪੁਰਾਣੀ ਹੈ। ਸੋ ਜਿੰਨੇ ਵੀ ਮੈਨੂੰ ਦੇਖ ਰਹੇ ਆ, ਜਿੰਨੇ ਵੀ ਸੁਣ ਰਹੇ ਨੇ, ਜੋ ਕਿਸੇ ਦਾ 1 ਚਲੇ ਜਾਂਦਾ ਨਾ ਬਾਬਾ ਜੀ, ਫਿਰ ਹੱਥ ਜੋੜੀ ਜਾਂਦੇ ਨੇ। ਸੋ ਜਿਨ੍ਹਾਂ ਦੇ ਗਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ। ਇੱਕ ਬਾਈ ਗਾਮੇ ਦੀ ਬੜੀ ਸੋਹਣੀ ਗੱਲ ਲਿਖੀ ਹੋਈ ਹੈ ਵੀ ਕਰੇ ਕਰਾਵੇ ਆਪੇ ਆਪ। ਸੋ ਬਾਣੀ 'ਚ ਵੀ ਆ, ਕਰੇ ਕਰਾਵੇ ਆਪੇ ਆਪ, ਮਾਨਸ ਦੇ ਕੇ ਕਿਚਨੀ ਹੱਥ। ਤੋ ਸਰਕਾਰ ਗੱਲ ਆਏ ਆ, ਆਪਾਂ ਨੂੰ ਕਿਸੇ ਨਾਲ ਕੋਈ ਗਿਲਾ ਨਹੀਂ, ਕੋਈ ਗੁੱਸਾ ਨਹੀਂ। ਸੋ ਪਾਉਣ ਵਾਲੇ ਵੀ ਜਿਉਂਦੇ ਰਹਿਣ। ਸੋ ਆਪਣਾ ਨਿਬੜਿਆ ਹੋਇਆ, ਆਪਣੇ ਕੋਲ ਕਾਗਜ਼ੀ ਪੱਤਰੀ ਸਾਰਾ ਹੈ ਨਾ, ਵਧੀਆ ਹੋਇਆ ਹੋਇਆ, ਅਤੇ ਇਹ ਪਾਉਣ ਵਾਲਿਆਂ ਦੀ ਮਰਜ਼ੀ ਹੈ। ਅਤੇ ਬਾਕੀ ਜਿੰਨੇ ਸੁਣਦੇ ਹੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੈ, ਮਾਲਕ ਦੀ ਕਿਰਪਾ ਜੀ। ਸੋ ਆਪਣਾ ਉਹਨਾਂ ਨਾਲ ਵਧੀਆ ਨਿਬੜਿਆ ਹੋਇਆ। ਸੋ ਉਹਨਾਂ ਦਾ ਵੀ ਮੈਨੂੰ ਓਪਲ ਮਿਊਜ਼ਿਕ ਦਾ ਵੀ ਕਾਫੀ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ। ਸੋ ਇਹੋ ਜਿਹੀਆਂ ਗੱਲਾਂ 'ਚ ਟਾਈਮ ਵੇਸਟ ਕਰਨ ਵਾਲਾ ਕੰਮ ਹੁੰਦਾ ਬਾਬਾ ਜੀ, ਕਿਰਪਾ ਬਹੁਤ। ਸੋ ਤੁਸੀਂ ਵੀ ਸਾਰੇ ਜਿਉਂਦੇ ਵੱਸਦੇ ਰਹੋ। ਰਹੀ ਹੱਥ ਜੋੜਨ ਦੀ ਗੱਲ, ਤੁਹਾਨੂੰ ਪਤਾ ਮੇਰਾ ਤਾਂ ਸਟੇਜ ਤੋਂ ਉੱਤਰਦੇ ਵੀ ਆਏ ਹੁੰਦੇ ਆ, ਊਂ ਵੀ ਆਏ ਹੁੰਦੇ ਆ। ਸੋ ਮਾਲਕ ਨੀਵੇਂ ਹੀ ਰੱਖੇ, ਨਵੇਂ ਸੋ ਗੌਰਾ ਹੋਏ। ਸਤਿ ਸ਼੍ਰੀ ਅਕਾਲ ਬਾਬਿਓ। ਗੁਲਾਮ ਜੁਗਨੀ ਵੱਲੋਂ ਦੱਸਿਆ ਗਿਆ ਕਿ ਇਹ ਵੀਡੀਓ 1 ਸਾਲ ਪੁਰਾਣੀ ਹੈ ਅਤੇ ਇਹ ਮਾਮਲਾ ਉਹਨਾਂ ਦਾ ਨਿਬੜ ਚੁੱਕਿਆ। ਬਿਊਰੋ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।